ਜੀ ਆਸ਼ਿਕ ਸਾਹਿਬਾ ਨਾਲ ਸੰਪਿਆਲਾ ਹੀ ਰਹਿਣੇ ਲੇ ਇਹਨਾਂ ਨਾਲ ਡੇਰਾ ਆਇ ਤੂੰ ਪਹਿਲੇ 19 ਸਾਲ ਹੀ ਨਹੀਂ ਛੋੜੀ ਤਾਂ ਗਿਆਠ ਸੀ ਉਸ ਜਨਾਬ ਮੈਂ ਇਤਨਾ ਸ਼ੌਕਾਂ ਨਾਲ ਆਂਦੀ ਸੀ ਏ ਤੇ ਪਿਆਰੀ ਸੀ ਮੈਂ ਇਤਨੀ ਕੋਈ ਸਾਹਬ ਨਹੀਂ ਤੇ ਜਨਾਬ ਇਹ ਕੰਮ ਹੋਇਆ ਜਨਾਬ ਤੇ ਜਨਾਨੀ ਪੈਸੇ ਵੀ ਕੀ ਨਹੀਂ ਜੀਆ ਤੇ ਜਨਾਨੀ ਤਾਂ ਕੋਈ ਨਹੀਂ ਮੈਂ ਜਿਹੜੀ ਪਟਕੋ ਪੜਕੇ ਕਦੇ ਸੇਰੀ ਕਦੇ ਕੋਲੀ ਕਦੇ ਕੁੱਤਾ ਕਦੇ ਕੁੱਤਾ ਪਟਕੋ ਪਟਕੀ ਕਰਨੋ ਤੇ ਰੋਣੋ ਜਨਾਬ ਦਾ ਗਸ਼ ਖਾਣਾ ਆ ਇਹ ਕਿਆ ਹੋਇਆ ਤੇ ਕਹਿਣੀ ਉਹ ਪਿਆਸ਼ ਕੁ ਵੈਚਾ ਉਹ ਆਛ ਬਸ ਅਈ ਆਖਰੀ ਦੁਨੀ ਹੋਇਆ ਤੇ ਮਰੀ ਜਾ ਤਾਂ ਵੀ ਮਿਆਣਾ ਹਾਡੀਆਂ ਵੀ ਕਦੇ ਲੱਭਣ ਤਾਂ ਵੀ ਬਿਹਤਰ ਹੈ ਟਾਈਮ ਨਹੀਂ ਸ਼ੇਤਾਨ ਰਜੀਮ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਅਸਲਾਮ ਅਲੈਕਮ ਨਾਜ਼ਰੀਨ ਗਰਾਮ ਮੈਂ ਆ ਸਰਮਨ ਨਜ਼ੀਰ ਔਰ ਤੁਸਾਂ ਤੱਕਣੇ ਪਿਓ ਜੀ ਆਪਣਾ YouTube ਚੈਨਲ ਔਰ Facebook ਪੇਜ ਬਨਾ ਟੀਵੀ ਨਾਜ਼ਰੀਨ ਗਰਾਮ ਆਸਾਂ ਤੇ ਮੌਜੂਦ ਹਾਂ ਜੀ ਜ਼ਿਲ੍ਹਾ ਕੋਟੀ ਦੀ ਤਹਿਸੀਲ ਖਰੇਟਾ ਵਿੱਚ ਔਰ ਖਰੇਟਾ ਨਾਲ ਬਹੁਤ ਪਿਆਰਾ ਗਰਾਮ ਹੈ ਪਿਆਲ ਉਸੇ ਅੰਦਰ ਮੌਜੂਦ ਹਾਂ ਆਸਾਂ ਨਾਲ ਬਹੁਤ ਖੂਬਸੂਰਤ ਸ਼ਖਸੀਅਤ ਮੌਜੂਦ ਹਨ ਫਸਟ ਆਫ ਆਲ ਜਨਾਬ ਹਾਫਿਜ਼ ਅਮੀਰ ਸਾਹਿਬ ਜਿਹੜੇ ਸਾਊਦੀ ਅਰਬ ਤੋਂ ਆਏ ਬੈਨ ਉਹਨਾਂ ਦੀ ਗੁਜ਼ਾਰਿਸ਼ ਸੀ ਕੇ ਚੌਧਰੀ ਆਸ਼ਿਕ ਸਾਹਿਬ ਨਾਲ ਸਨ ਪਿਆਲਾ ਹੀ ਰਹਿਣੇ ਲੇ ਇਹਨਾਂ ਨੇ ਡੇਰਾ ਆਈ ਤੋਂ ਪਹਿਲੇ 19 ਸਾਲ ਹੀ ਨਹੀਂ ਛੋੜੀ ਤਾਂ ਗਿਆ ਸੀ ਉਸ ਸਿਲਸਿਲੇ ਚ ਇਹਨਾਂ ਨੇ ਕੋਈ ਫਿਲਮ ਹੈ ਇਹਨਾਂ ਨੇ ਕੋਈ ਫਰਿਆਦ ਹੈ ਤਾਂ ਉਹ ਤੁਸੀਂ ਆਪਣੇ ਚੈਨਲ ਹੀ ਵਸਾਦ ਦੇ ਨਾਲ ਆਵਾਮ ਤੱਕ ਪਹੁੰਚੋ ਸ਼ਾਇਦ ਇਹਨਾਂ ਨੇ ਜਿਹੜਾ ਡੇਰਾ ਆਇਆ ਕੁਥੇ ਫਿਲਮ ਤਾਂ ਕਹਾ ਤਾ ਉਹ ਵਾਪਸ ਆਈ ਜਾ ਤਾਂ ਨਾਲ ਆਸਨ ਮੌਜੂਦ ਹਨ ਚੌਧਰੀ ਫੈਸਲ ਸਾਹਿਬ ਜਿਹੜੇ ਕਿ ਦਬਈ ਤੋਂ ਆਏ ਵੇ ਤਾਂ ਹੁਣ ਸੋਣੀ ਚੌਧਰੀ ਆਸ਼ਿਕ ਸਾਹਿਬ ਨਾਲ ਹੀ ਮੁਲਾਕਾਤ ਕਰਾਣੀ ਹੈ ਕਿ ਕਹਿ ਇਹਨਾਂ ਨੂੰ ਕਹਿ ਮਾਮਲਾ ਸੀ ਕਿਸ ਰਾਈ ਇਹਨਾਂ ਨੂੰ ਡੇਰਾ ਹੀ ਨਹੀਂ ਛੋੜੀ ਤਾਂ ਗਿਆ ਠੀ ਹੈ ਤਾਂ ਕਿਸ ਰਾਈ ਇਹਨਾਂ ਨੇ ਆਪਣੀ ਜਿਹੜੇ 19 ਸਾਲ ਨਹੀਂ ਜ਼ਿੰਦਗੀ ਆ ਕਿਸ ਹੈ ਉਸ ਤੋਂ ਬਗੈਰ ਗੁਜ਼ਾਰੀ ਆ असला चौधरी जी वाले सलाम जनाब क्या हाल है ठीक हो जनाब ठीक ठाक अच्छा अपना पूरा, पूरा नाम दसो हाँ पूरा नाम माड़ा आ जनाब मोहम्मद खालक कगजाती है जी तो मी आशिक आशिक आखनी दुनिया ਅੱਛਾ ਚੋਦੀ ਜੀ ਇਹ ਦੱਸੋ ਕਿ ਤੁਸੀਂ ਜਿਹੜੀ ਸ਼ਾਦੀ ਆ ਇਹ ਕਿਹੜੀ ਜਗ੍ਹਾ ਤੋਂ ਕੀਤੀ ਸੀ ਮੈਂ ਪਿਸ਼ਾਵਰ ਨੂੰ ਅੱਛਾ ਪਿਸ਼ਾਵਰ ਨਹੀਂ ਸੀ ਆ ਪਿਸ਼ਾਵਰ ਨਹੀਂ ਸੀ ਕਿਹ ਮਸਲਾ ਕਿ ਆਇਆ ਕਿ ਕੋਈ ਘੁਲੇ ਉਸ ਦੇ ਨਾਲ ਜਾਂ ਕਿਹ ਮਸਲਾ ਆ ਕੀ ਨਸੀ ਕੀ ਹੈ ਕੋਈ ਘੁਲਿਆ ਨਾ ਜਨਾਬ ਮੈਂ ਜਾਤੀ ਲੇਟੀ ਦੀ ਹਾਂ ਤੇ ਉਹ ਵੀ ਲੇਟੀ ਦੀ ਹੈ ਤੇ ਬਾਕੀ ਮੈਂ ਫੈਰੀ ਦਾ ਉੱਠੀ ਤੱਕਣਾ ਹਾਂ ਤੇ ਖਟ ਖਾਲੀ ਹੈ ਜੀ ਤੇ 2 ਲੱਖ 70 ਹਜ਼ਾਰ ਰੁਪਈਆ ਜਿਹੜਾ ਇਹ ਡਿੱਬੇ ਘੈ ਲਈ ਸੀਗਾ ਸੀ ਤੇ ਉਹ ਮੈ ਕੋਨੀ ਆਇਆ ਪਹਿਲੇ ਤੱਕਿਆ ਤਾਂ ਮੁੜੀ ਮੈਂ ਕਰੰਟ ਆਈ ਆ ਮੈ ਤਕਲੀਫ ਹੋਈ ਗਈ ਆ ਮੈਂ ਯਾਹਲਾ ਜਨਾ ਨਹੀਂ ਕੁਝ ਗਈ ਆ ਮੁੜੀ ਮੈਂ ਆੜੀਆਂ ਛਾੜੀਆਂ 8 ਤੱਕਿਆ ਮੈਂ ਨੀਲਾ ਸੂਟ ਲਾਈਦਾ ਕੋਤੂ ਅਛ ਨਹੀਂ ਹੋਸੀ ਤੇ ਮੈਂ ਤੱਕਾਂ ਤਾਂ ਤਕਰੀਰ ਕੋਈ ਨਾ ਹੀ ਨਹੀਂ ਮੁੜੀ ਮੇ ਖਿਆਲ ਆਈ ਆ ਪੈਸੇ ਤੱਕਾਂ ਹਾਂ 270000 ਰੁਪਇਆ ਜਨਾਬ ਉਹ ਇੱਥੇ ਹੈ ਜਾਂ ਉਹ ਵੀ ਨਹੀਂ ਜੀ ਕੁਤੇ ਉਹ ਵੀ ਥਾ ਕੋਈ ਨਹੀਂ ਪੈਸੇ ਅੱਛਾ ਮੁੜੀ ਦੇ ਜਨਾਬ ਤੱਕੀ ਸੁਣੀ ਰਿਓ ਕੋਈ ਨਹੀਂ ਫਿਰ ਗੱਲ ਕੀਤੀ ਆ ਮੈਂ ਕੋਠੇ ਕੀ ਅਗਲਾ ਹੀ ਜੁੜੀ ਆ ਉਸਨੇ ਘਮੇ ਵਿੱਚ ਉਹਨਾਂ ਦੇ ਘਮੇ ਵਿੱਚ ਕੋਠੇ ਵਿੱਚ ਮੈਂ ਅੱਗ ਲਾਈ ਲਈ ਹਟਾਉਂ ਕਪੜੇ ਛਪੜੇ ਪੌਂਡੇ ਇੱਕ ਸਰੰਡਰ ਚੁੱਲੇ ਸਭ ਗੈਸ ਸਖਤਮ ਕਰਿਛੋੜਿਆ ਅੱਛਾ ਮੂੜੀ ਦੁਨੀਆ ਆਈ ਏ ਤੱਕਿਆ ਸੁਣਿਆ ਦੁਨੀਆ ਆਖਿਆ ਇਹ ਕਿਹਾ ਹੋਇਆ ਮੈਂ ਹੈ ਇਹ ਹੋਇਆ ਜਨਾਬ ਮੈਂ ਇਤਨਾ ਸ਼ੌਕਾਂ ਨਾਲ ਆਂਦੀ ਸੀ ਏ ਤੇ ਪਿਆਰੀ ਸੀ ਮੈਂ ਇਤਨੀ ਕੋਈ ਸਾਹਬ ਨਹੀਂ ਤੇ ਜਨਾਬ ਇਹ ਕੰਮ ਹੋਇਆ ਜਨਾਬ ਤੇ ਜਨਾਨੀ ਪੈਸੇ ਵੀ ਕੀ ਨਹੀਂ ਜੀਆ ਤੇ ਜਨਾਨੀ ਤਾਂ ਕੋਈ ਨਹੀਂ ਤੇ ਜਨਾਬ ਮਹਾੜੇ ਅਰਜ਼ ਤੁਸਾਂ ਆ ਗਿਆ ਸਨੂ ਸਾਹਿਬ ਤਸੋਂ ਗਾ ਮਾੜੀ ਅਰਜ਼ ਇਹ ਆ ਜਿੱਥਾ ਕੋਤੇ ਆਇਆ ਤਾਂ ਜਨਾਬ ਨੀ ਮਾੜੀ ਬਾਤ ਸੁਣਿਆ ਬਾਤ ਸੁਣਿਆ ਮਾੜੀ ਤੇ ਆਈ ਸਕੇ ਤੇ ਨਿਕਾਹ ਮਤਲਾਕ ਕੋਈ ਨਹੀਂ ਦਿੱਤੀ ਵੀ ਜਨਾਬ ਨਿਕਾਹ ਸਿ ਬਿਗੈਰ ਗਈ ਵੀ ਐ ਤਲਾਕ ਸਿ ਬਿਗੈਰ ਗਈ ਵੀ ਐ ਜਨਾਬ ਨੇ ਇਤਨਾ ਸ਼ੁਕਰੀਆ ਆ ਜੇ ਅਗਰ ਮੁੜੀ ਅਛਾ ਤੇ ਮੈਂ ਜਨਾਬ ਉਸਨੇ ਪਿਆਰੋਂ ਉਸਨੇ ਵਿੱਚ ਤੈਸਾਂ ਤਾਂ ਕੋਈ ਮਾਰਨਾ ਨਾ ਕੁੱਟਣਾ ਨਾ ਕੱਖ ਨਾ ਕਰਨਾ ਤੇ ਮੈਂ अच्छा जी ए, बड़ा ब, ब, सबर ना सबर का मजाहरा कि उ माड़े डेरे गए अभी भी माड़ी वापस आई जाए मैं उसी कोई सजा दे ना देनागना वापस आई जाए, अपनी जड़ी जाए गद, तो दोबारा जिंदगी बसर कराँचोई साहब ये दसो कि उन्नीस साल नए ਇਸ ਵਿੱਚ ਤੁਸੀਂ ਕਿਸ ਉਸ ਉਸੇ ਯਾਦ ਹੀ گزارੇ ਇਹ ਯਾਦ ਇਸ ਤਰ੍ਹਾਂ گزارੇ ਜਨਾਬ ਰਾਤੀ ਦਿਹਾੜੀ ਮੈਂ ਉਸਨੇ ਵਿੱਚ ਖਿਆਲ ਰੱਖਿਆ ਯਾ ਅੱਲਾ ਗੀ ਗੁਦਰ ਹੈ ਮੈਂ ਇਸੇ ਸ਼ੌਕਾਰਾਂ ਨਾਲ ਆਂਦੀ ਸੀ ਤੇ ਬਾਕੀ ਗੱਲ ਆ ਮੈਂ ਦਿਹਾੜੀ ਪਟਕੋ ਪੜਕੇ ਕਦੇ ਸੇਹਰੀ ਕਦੇ ਕੋਲੀ ਕਦੇ ਕੁੱਤਾ ਕਦੇ ਕੁੱਤਾ ਪਟਕੋ ਪਟਕੀ ਕਰਨੋ ਤੇ ਰੋਣੋ ਜਨਾਬ ਦਾ ਗਸ਼ ਖਾਣਾ ਇਹ ਕਿਆ ਹੋਇਆ ਮਾਰੇ ਨਾਲ ਅੱਛਾ ਉਤਾ ਉਸ ਹੀ ਕੋਈ ਫਰਮਾਇਸ਼ ਵੀ ਸੋ ਪੂਰੀ ਕਰਨੇ ਤੋਂ ਕੋਈ ਤੰਗ ਸੀ ਤੁਸੀਂ ਤੂੰ ਯਾ ਕਿਆ ਵਜ੍ਹਾ ਸੀ ਕੋਲ ਗੋਸ਼ਟ जो मर्जी इस दुनिया की भी पताया इस आंधी है निकाह किताबे बेनक सी या किस तरह सी जनाब दुनिया सारी पता है तो बाकी ना ये कल तय मारे को बकायदा तुस की कि किस तरीके ने माड़ी आज अजकल सोशल मीडिया ना दूर है आ, ਤੇ ਉਹ ਸਕਣਾ ਮਾਰੀ ਆਵਾਜ਼ ਕੋਈ ਕੁਸ ਕੁਸ ਕੋਲ ਪਹੁੰਚਿਆ ਪਹੁੰਚਿਆ ਤੇ ਉਹ ਸਕਣਾ ਕੋ ਮਿਹਰਬਾਨੀ ਕਰੇ ਤਾਂ ਆਈ ਜਾ ਆਹੋ ਤੇ ਮੈਂ ਫਿਰ ਇਹਨਾਂ ਕੀ ਆਖਿਆ ਇਹਨਾਂ ਨੇ ਮਿਹਰਬਾਨੀ ਹੈ ਇਹਨਾਂ ਨੇ ਮਿਹਰਬਾਨੀ ਹੈ ਜਨਾਬ ਜਿਹੜੇ ਇਥੋਂ ਕੋਲ ਇਥਾ ਆਏ ਨੇ ਤੁਸਣੀ ਆਵਾਜ਼ ਹੈ 50 ਆ 50 ਤੇ ਇਹ ਚੋ ਜੀ ਦੱਸੋ ਕਿ ਜਿਹੜਾ ਤੁਸਾਂ ਨਾਲ ਨਿਕਾਹ ਹੋਈ ਚੁਕਿਆ ਆ ਉਸ ਟਾਈਮ ਕੋਈ ਕੋਈ ਗੜਬੜ ਜਾਂ ਕੋਈ ਪ੍ਰੋਬਲਮ ਹੋਈ ਹੈ ਕਿਦਨਾਂ ਅਰਸਾ ਰਹੀ ਹੈ ਤੁਸਾਂ ਨਾਲ ਜੀ ਨਹੀਂ ਕੋਈ ਕੱਖ ਨਹੀਂ ਜਨਾਬ ਕੋਈ ਘਾਟਾ ਵਾਦਾ ਨਹੀਂ ਕਿਦਨਾਂ ਅਰਸਾ ਇਕੱਠੀਆਂ ਰਹੀ ਤੁਸਾਂ ਇਹ 19 ਸਾਲ ਤਤਰੇ ਨਹੀਂ ਕਿਤੋਂ ਕਾਰ ਕਿੰਨੇ ਅਰਸਾ ਰਹੀ ਹੈ ਕਿਤੋਂ ਅਰਸਾ ਇਕੱਠੇ ਰਹੇ ਹੋ ਕਿਤਨਾ ਅਰਸਾ ਰਹੀ ਤਾਂ ਉਸ ਤੋਂ ਵੱਧ ਗਈ ਹੈ ਇਹ 6 ਮਹੀਨੇ ਰਹੀ ਹੈ ਸਾਲ ਰਹੀ ਹੈ ਤੁਸੋਂ ਕੋਲ 3 ਮਹੀਨੇ ਰਹੀ ਹੈ ਕਿਤਨਾ ਅਰਸਾ ਰਹੀ ਹੈ ਇਹ ਰਹੀ ਹੈ 7 ਮਹੀਨੇ 7 ਮਹੀਨੇ ਅੱਛਾ ਅਜੇ ਵੀ ਤੁਸੋਂ ਉਸਦੇ ਇੰਤਜ਼ਾਰ ਵਿੱਚ ਆਇਆ ਇੰਤਜ਼ਾਰ ਚਾ ਜਨਾਬ ਮੈਂ ਗਲਤੀਆਂ ਮਨਸਾਂ ਮਾਫੀਆਂ ਮੰਗਸਾਂ ਸਾਰੀਆਂ ਗੱਲਾਂ ਕਰਸਾਂ ਜਨਾਬ ਮੀਰੀ ਉਸਣੀ ਬਹੁਤ ਖੁਸ਼ ਹੈ ਬਹੁਤ

ਹਰ ਚੀਜ਼ ਨੇ ਗਰੀਆਂ ਸਾਗੀਆਂ ਹਰ ਚੀਜ਼ ਅੰਦਰ ਮਾਰੇ ਭਰੇ ਵਣ ਜਿਲੋ ਮੁਕਾ ਤੱਕ ਹੋ ਜਨਾਬ ਅੱਛਾ ਜੀ ਹਾਂ ਤੇ ਕਹਿਣੀ ਉਹ ਪਿਆਸ਼ ਕੁ ਵੈਚਾ ਉਹ ਅੱਛਾ ਬਸ ਆਇਆ ਆਖਰੀ ਜੋਣੀ ਹੋਇਆ ਜੇ ਮਰੀ ਜਾ ਤਾਂ ਮੈਨਾਂ ਢੀਆਂ ਕਦੇ ਲਪਣ ਤਾਂ ਨਹੀਂ ਬਿਹਤਰ ਅੱਛਾ ਅੱਛਾ ਹਾਂ ਅੱਛਾ ਨਾਜ਼ਰੀਨ ਕ੍ਰਮ ਤੁਸੀਂ ਅੱਜ ਇਹ ਬੜੀ ਦੁਖੀ ਜੀ ਇੱਕ ਸਟੋਰੀ ਸਾਂ ਆਪਣੀ ਸਮਾਪਤ ਕੀਤੀ ਹੈ ਆਸਾਨੀ ਜਿਹੜੀ ਰਿਕਵੈਸਟ ਹੈ ਉਹ ਜਿਹੜੇ ਲੋਕ ਇਕਤਦਾਰੀ ਚ ਉਹਨਾਂ ਕਾ ਗੁਜ਼ਾਰਿਸ਼ ਹੈ ਕਿ ਚੌਦੀ ਸਾਹਿਬ ਨੂੰ ਕੋਈ ਜਿਆਦਾ ਜਿਆਦਾ ਹਲਕੀਤਾ ਜੇ अरसा उन्नीस साल तो अपने बीवी ने इंतजार ही चन अजय भी मसलन घर अपने खाली राने सुबह फिर दौरे पर निकली जाने यानी के नीं घर नीं बर्दाश्त होना गुजारिश है ये कि तुसों वीडियो तकनी लगे तुसों कोई बस चलना इन्होंने अजय भी ख्वाबा भी तकनेकने हर जगह सोचने भी उसने गुजारिश है जी कि जितना फिल्म पुजनी पी है कि जिन्हें जिन्होंने कोई बसा भी आया इन्होंने कोई ना कोई हल करो जी शुक्रिया जजाकला मेहरबानी जी